करीब चार दिन पहला हुए टैक्सी चालक दे कतल दी गुत्थी नूं सुलझाउण विच बटाला पुलिस ने सफलता हासिल कर ली है। इस संबंध विच अपने दफ्तर विखे बुलाई प्रेस कॉन्फ्रेंस दौरान संबोधन करते हुए SSP बटाला उपिंदरजीत सिंह घूमर ने आख्या कि पुलिस नूं मृतक टैक्सी चालक मनजिंदर सिंह दे पिता जोगिंदर सिंह ने कादियां पुलिस नूं बयान दर्ज करवाए सन कि उन्हां दा लड़का मनजिंदर सिंह अपनी इनोवा गड्डी चलाउण दा काम करदा है अते बीती 4 फरवरी दी रात ओह घर विच उन्हां नूं बिना दसे गड्डी लैके चला गया सी अते अगले दिन उन्हां नूं अपने लड़के मनजिंदर सिंह दी लाश रेलवे ट्रैक लागे पई हुई मिली है। उन्हां अगे दस्या कि मामले संबंधी मुकदमा दर्ज करन उपरांत कारवाई करन ते मृतक मनजिंदर सिंह ने अपने बयानां विच साफ साफ कहा है कि ਦੇ ਪਿਤਾ ਜੋਗਿੰਦਰ ਸਿੰਘ ਵੱਲੋਂ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਪੂਰੀ ਤਰ੍ਹਾਂ ਜ਼ਖਮੀ ਕਰਨ ਦੇ ਬਾਅਦ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਹੈ ਅਤੇ ਕਿਸੇ ਵੀ ਸਮੇਂ ਉਸ ਦੀ ਮੌਤ ਹੋ ਸਕਦੀ ਹੈ। ਉੱਤੇ ਵਾਰਦਾਤ ਤੋਂ ਬਾਅਦ ਦੋਸ਼ੀ ਪਿਤਾ ਨੂੰ ਕਾਬੂ ਕਰ ਲਿੱਤਾ ਗਿਆ ਅਤੇ ਮ੍ਰਿਤਕ ਦਾ ਸਾਲਾ ਸਤਨਾਮ ਸਿੰਘ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਤਫਤੀਸ਼ਦਾਰਾਂ ਨੇ ਸਾਹਮਣੇ ਆਇਆ ਵੀ ਇਹਦੇ ਫਾਦਰ ਨਾਲ ਹੀ ਇਹਦਾ ਝਗੜਾ ਹੋਇਆ ਜਿੰਨੇ ਇਹਦੇ ਸੱਟਾਂ ਮਾਰੀਆਂ ਜਿਹਦੇ ਕਰਕੇ ਇਹਦੀ ਡੈਥ ਹੋ ਗਈ। ਇਹਦਾ ਫਾਦਰ ਜਿਹੜਾ ਜੋਗਿੰਦਰ ਸਿੰਘ BSF 'ਚ ਰਿਟਾਇਰਡ ਹੈ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਨੇ ਕਨਫੈਸ ਕੀਤਾ ਵੀ ਮੇਰੇ ਨਾਲ ਹੀ ਝਗੜੇ ਦੌਰਾਨ ਸੱਟਾਂ ਲੱਗੀਆਂ। ਝਗੜੇ ਦਾ ਕਾਰਨ ਉਹਨੇ ਦੱਸਿਆ ਵੀ ਇਹ ਸ਼ਰਾਬ ਪੀਣ ਦਾ ਆਦੀ ਸੀ, ਆ ਕੇ ਘਰ ਲੜਦਾ ਸੀ, ਉਦਣ ਵੀ ਇਹ ਘਰ ਲੜਿਆ ਘਰ ਆਪਸ ਜਦੋਂ ਗੁੱਥਮ ਗੁੱਥਾ ਹੋਏ ਨੇ ਅਤੇ ਜੋ ਉਹਨੇ ਪੁੱਛ ਗਿੱਛ ਦੱਸਿਆ ਹੀ ਦੱਸਿਆ ਵੀ ਉਹਨੇ ਕਿਹਾ ਵੀ ਜਾਂ ਤਾਂ ਮੈਨੂੰ ਮਾਰ ਦਿਓ ਨੇ ਤਾਂ ਸਾਰੇ ਪਰਿਵਾਰ ਨੂੰ ਮੈਂ ਮਾਰੂੰਗਾ। ਉਹਦੇ ਤੋਂ ਇਹਨਾਂ ਦਾ ਝਗੜਾ ਵਧਿਆ ਅਤੇ ਇਹਨੇ ਸੱਟਾਂ ਲੱਗੀਆਂ। ਇਹਦੇ 'ਚ ਜਿਹੜੀ ਡੈਡ ਬੋਡੀ ਜਿਹੜੀ ਹੈ ਉਹ ਡਿਸਪੋਜ਼ ਆਫ ਕਰਨ ਲਈ ਜਿਹੜੀ ਬਟਾਲਾ ਗ੍ਰੰਥੀਆਂ ਗਏ ਨੇ ਉਹ ਇਹਦਾ ਮੁੰਡੇ ਦਾ ਨਾਲ ਸਾਲਾ ਵੀ ਗਿਆ ਜਿਹੜਾ ਸਤਨਾਮ ਸਿੰਘ ਛਾਟੇ ਦਾ।